ਹਾਂਜੀ YouTube ਚੈਨਲ ਪੰਜਾਬ ਮੈਟਰ TV ਦੇਖ ਰਹੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੁਪਹਿਰ ਦੀਆਂ ਤਾਜ਼ਾ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਜੀ ਕਿਰਪਾ ਕਰਕੇ ਜਿੰਨਾ ਵੀ ਨਾ ਭੈਣ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਨਾਲ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇਤੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਸੂਚਨਾ ਤੁਹਾਨੂੰ ਮਿਲ ਸਕੇ ਤੇ ਗੱਲਬਾਤ ਕਰਦੇ ਹਾਂ ਜੀ ਹੁਣ ਤਾਜ਼ਾ ਵੱਡੀਆਂ ਖਬਰਾਂ ਦੀ ਪਹਿਲੀ ਮੁੱਖ ਵੱਡੀ ਖਬਰ ਆ ਰਹੀ ਹੈ ਦੇਖਦੇ ਤਨ ਸਵੇ ਬਣੇ ਮਹਾਮਾਰੀ ਬੈਸ ਦਾ ਗੜ੍ਹ ਹਾਲਾਤ ਬਣੇ ਚਿੰਤਾਜਨਕ ਦੇਖਦੇ ਤਿੰਨ ਸੂਬੇ ਮਹਾਰਾਸ਼ਟਰ ਗੁਜਰਾਤ ਅਤੇ ਮਧ ਪ੍ਰਦੇਸ਼ ਵਿੱਚ ਮਹਾਮਾਰੀ ਵੈਸ ਦਾ ਕਹਿਰ ਲਗਾਤਾਰ ਜਾਰੀ ਹੈ ਇੱਥੇ ਹਾਲਾਤ ਬਹੁਤ ਹੀ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ ਇਸ ਵੈਸ ਦਾ ਕਹਿਰ ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਇਸ ਕਦਰ ਕਿ ਹੁਣ ਤੱਕ ਮਹਾਰਾਸ਼ਟਰ ਵਿੱਚ 485 ਗੁਜਰਾਤ ਵਿੱਚ 236 ਅਤੇ ਮਧ ਪ੍ਰਦੇਸ਼ ਵਿੱਚ 145 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਦੇਸ਼ ਭਰ ਵਿੱਚ ਹੋਈਆਂ ਮੌਤਾਂ ਦਾ ਲਗਭਗ 71% ਹੈ ਇਨ੍ਹਾਂ ਸੂਬਿਆਂ ਵਿੱਚ ਪੀੜਤਾਂ ਦੀ ਗਿਣਤੀ ਲਗਭਗ 19000 ਦੇ ਕਰੀਬ ਹੋ ਗਈ ਹੈ ਜੋ ਕਿ ਕੁੱਲ ਪੀੜਤਾਂ ਦਾ ਲਗਭਗ 50% ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਜੀ ਪਾਕਿਸਤਾਨ ਵਿੱਚ ਪੈਟਰੋਲ 15 ਤੇ ਡੀਜ਼ਲ 27 ਰੁਪਏ ਹੋਇਆ ਸਸਤਾ ਜਾਣੋ ਭਾਰਤ ਵਿੱਚ ਕਿੰਨੀ ਹੈ ਕੀਮਤ ਮਹਾਮਾਰੀ ਵੈਸੇ ਕਾਰਨ ਜਿੱਥੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਡਗਮਗਾ ਰਹੀ ਹੈ ਉੱਥੇ ਹੀ ਪਾਕਿਸਤਾਨ ਸਰਕਾਰ ਨੇ ਹੈਰਾਨ ਕਰਨ ਵਾਲਾ ਫੈਸਲਾ ਲੈਂਦੇ ਹੋਏ ਪੈਟਰੋਲੀਅਮ ਉਤਪਾਦਕਾਂ ਨੇ ਕੀਮਤਾਂ ਵਿੱਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜਿਸਕਰ ਜੋਗ ਹੈ ਕਿ ਜਿੱਥੇ ਪਾਕਿਸਤਾਨ ਸਰਕਾਰ ਮੌਜੂਦਾ ਸਮੇਂ ਵਿੱਚ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ ਉੱਥੇ ਹੀ ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਹੈਰਾਨ ਕਰਨ ਵਾਲਾ ਹੈ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ ਉੱਥੋਂ ਦੀ ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ 15 ਤੋਂ ਲੈ ਕੇ 38% ਦੀ ਕਟੌਤੀ ਕੀਤੀ ਹੈ ਨਵੀਆਂ ਕੀਮਤਾਂ 1 ਮਈ ਤੋਂ ਲਾਗੂ ਹੋ ਗਈਆਂ ਹਨ ਹੁਣ ਪਾਕਿਸਤਾਨ ਵਿੱਚ ਪੈਟਰੋਲ 15 ਰੁਪਏ ਤੇ ਡੀਜ਼ਲ 27 ਰੁਪਏ ਨਾਲ ਸਸਤਾ ਹੋ ਗਿਆ ਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਇੱਥੇ ਲੋਕਡਾਊਨ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਈ ਦਿਨਾਂ ਤੋਂ ਸਥਿਰ ਚੱਲ ਰਹੀਆਂ ਹਨ ਤੇ ਦੇਸ਼ ਵਿੱਚ ਆਵਾਜਾਈ ਨਾ ਮਾਤਰਾ ਤੇ ਪੈਟਰੋਲ ਤੇ ਡੀਜ਼ਲ ਦੀ ਮੰਗ ਵੀ ਬਹੁਤ ਘਟ ਹੈ। ਇਹਦੇ باوجود ਵੀ ਭਾਰਤ ਵਿੱਚ ਹਜੇ ਸਰਕਾਰ ਵੱਲੋਂ ਕੋਈ ਵੀ ਫੈਸਲਾ ਇਸ ਦੀ ਕਟੌਤੀ ਬਾਰੇ ਨਹੀਂ ਕੀਤਾ ਗਿਆ। ਹਾਂਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੀ ਲੌਕਡਾਊਨ ਤੋਂ ਬਾਅਦ ਸਕੂਲਾਂ ਵਿੱਚ ਦਿਖੇਗਾ ਨਵਾਂ ਮਾਹੌਲ ਹੋਣਗੇ ਇਹ ਨਵੇਂ ਨਿਯਮ ਲਾਗੂ ਦੇਸ਼ ਵਿੱਚ ਲਾਗੂ ਲੌਕਡਾਊਨ ਤੋਂ ਬਾਅਦ ਕੇਂਦਰ ਸਰਕਾਰ ਦੀ ਹਰੀ ਝੰਡੀ ਮਿਲਦੇ ਹੀ ਖੁੱਲਣ ਵਾਲੇ ਸਕੂਲਾਂ ਵਿੱਚ ਵੀ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲੇਗਾ। ਸਰਕਾਰ ਇਸ ਤਰ੍ਹਾਂ ਤਿਆਰੀ ਕਰ ਰਹੀ ਹੈ ਕਿ 마스크 ਨੂੰ ਜ਼ਰੂਰੀ ਰੂਪ ਵਿੱਚ ਸਕੂਲ ਡ੍ਰੈੱਸ ਦਾ ਹਿੱਸਾ ਬਣਾ ਦਿੱਤਾ ਜਾਵੇ ਤੇ ਔਨ ਸਕੂਲ ਤੋਂ ਲੈ ਕੇ ਘਰ ਵਾਪਸ ਪਹੁੰਚਣ ਤੱਕ ਵਿਦਿਆਰਥੀ ਮੂੰਹ ਤੋਂ 마스크 ਨਹੀਂ ਉਤਾਰਨਗੇ ਜੀ ਹਾਂ ਮਨੁੱਖੀ ਵਸੀਲੇ ਵਿਕਾਸ ਮੰਤਰਾਲਾ ਦੁਆਰਾ ਭਵਖ ਵਿੱਚ ਫਿਰ ਸਕੂਲ ਖੁੱਲਣ ਤੋਂ ਲੈ ਕੇ ਨਵੇਂ ਨਿਯਮ ਜਿਹੜਾ ਕਿ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਮੰਤਰਾਲਾ ਇੱਕ ਗਾਈਡਲਾਈਨ ਤਿਆਰ ਕਰ ਰਿਹਾ ਹੈ ਜਿਸ ਨੂੰ ਦੇਖਦੇ ਸਾਰੇ ਨਿੱਜੀ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਨੂੰ ਮੰਨਣਾ ਹੋਵੇਗਾ ਜਾਣਕਾਰੀ ਮੁਤਾਬਕ ਗਾਈਡਲਾਈਨਸ ਇਸ ਤਰ੍ਹਾਂ ਤਿਆਰ ਕੀਤੀ ਜਾ ਰਹੀ ਹੈ ਕਿ ਜਿਸ ਨਾਲ ਏਜ ਕੀਨੀ ਹੋ ਸਕੇ ਕਿ ਸਕੂਲਾਂ ਤੇ ਕਾਲਜਾਂ ਵਿੱਚ ਸੋਸ਼ਲ ਡਿਸਟੈਂਸਿੰਗ ਕਿਵੇਂ ਲਾਗੂ ਕਰਵਾਈ ਜਾਵੇ ਦੇ ਇਥੇ ਦੱਸਦੀ ਹੈ ਕਿ ਮੌਜੂਦਾ ਸਮੇਂ ਵਿੱਚ ਸਕੂਲ ਦੀ ਇੱਕ ਕਲਾਸ ਵਿੱਚ 40 ਤੋਂ ਲੈ ਕੇ 45 ਵਿਦਿਆਰਥੀ ਬੈਠਦੇ ਹਨ ਜਿਸ ਵਿੱਚ ਇੱਕ ਡੈਸਕ ਦੇ ਉੱਪਰ ਦੋ ਵਿਦਿਆਰਥੀ ਬੈਠਣ ਦੀ ਵਿਵਸਥਾ ਹੁੰਦੀ ਹੈ ਹੁਣ ਇਹ ਜਿਹੜਾ ਸੰਚਾਲਨ ਹੋਵੇਗਾ ਪੂਰਨ ਰੂਪ ਵਿੱਚ ਮੁਸ਼ਕਲ ਹੋਵੇਗਾ ਇਸ ਨੂੰ ਲਾਗੂ ਕਰਨਾ ਅਧਿਕਾਰੀ ਇਸ ਆਧਾਰ ਤੇ ਗਾਈਡਲਾਈਨ ਬਣਾ ਰਹੇ ਹਨ ਕਿ ਸਕੂਲ ਦੇ ਕਲਾਸਾਂ ਤੋਂ ਲੈ ਕੇ ਲਾਇਬ੍ਰੇਰੀ ਕੰਟੀਨ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋ ਸਕੇ ਇਹ ਹੀ ਨਹੀਂ ਸਕੂਲ ਵਿੱਚ ਮੋਨਿਟਰਿੰਗ ਅਸੈਂਬਲੀ ਤੇ ਮੈਦਾਨ ਵਿੱਚ ਸਪੋਰਟਸ ਐਕਟੀਵਿਟੀ ਕੁਝ ਸਮੇਂ ਲਈ ਬੰਦ ਹੋ ਸਕਦੀ ਹੈ ਕਿਉਂਕਿ ਸਰਕਾਰ ਦਾ ਮੁੱਖ ਆਦੇਸ਼ ਸਕੂਲਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਬढ़ावा ਦੇਣਾ ਹੈ ਇਸ ਲਈ ਸਕੂਲਾਂ ਤੇ ਕਾਲਜਾਂ ਵਿੱਚ ਵਿਅਰਥਨਾ ਦੇ ਬੈਠਣ ਦੀ ਵਿਵਸਥਾ ਤੇ ਸੁਰੱਖਿਆ ਨੂੰ ਲੈ ਕੇ ਗਾਈਡਲਾਈਨਸ ਜਾਰੀ ਹੋ ਸਕਦੀਆਂ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਹਜੂਰ ਸਾਹਿਬ ਤੋਂ ਸੰਗਤ ਦੀ ਵਾਪਸੀ ਦੇ ਪ੍ਰਬੰਧਾ ਵਿੱਚ ਭਾਰਤੀ ਕੁਤਾਹੀ ਲਈ ਕੈਪਟਨ ਮੰਗਣ ਮਾਫੀ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੋੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਹਜੂਰ ਸਾਹਿਬ ਤੋਂ ਬਸਰਧਾਲੀਆਂ ਦੀ ਵਾਪਸੀ ਦੇ ਪ੍ਰਬੰਧਾ ਵਿੱਚ ਕੁਤਾਹੀ ਵਰਤਣ ਲਈ ਸਹਿਕ ਕੌਮ ਕੋਲ ਮਾਫੀ ਮੰਗਣ ਲਈ ਕਿਹਾ ਹੈ ਦੇ ਨਾਲ ਹੀ ਉਹਨਾਂ ਨੇ ਸਿਹਤ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਵੀ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ ਜਿਸ ਕਰਕੇ ਸਰਦਾ ਹਾਲਾਂ ਦੀ ਵੱਡੀ ਗਿਣਤੀ ਵਿੱਚ ਪੋਜ਼ਿਟਿਵ ਪਾਏ ਗਏ ਹਨ ਉਹਨਾਂ ਦੇ ਅਨਗਹਿਲੀ ਕਾਰਨ ਉਸ ਤੋਂ ਬਾਅਦ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਹੈ ਸੁਖਵੀਰ ਬਾਦਲ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਇਸ ਸੰਕਟ ਦੀ ਘੜੀ ਵਿੱਚ ਲੋੜੀ ਦੀ ਅਗਵਾਈ ਦੇਣ ਵਿੱਚ ਨਾਕਾਮ ਸਾਬਤ ਹੋਏ ਹਨ ਉਹਨਾਂ ਨੇ ਵਾਪਸੀ ਦੇ ਇਸ ਸਮੁੱਚੇ ਆਪਰੇਸ਼ਨ ਵਿੱਚ ਇੱਕ ਮੁਸੀਬਤ ਬਣਾ ਦਿੱਤਾ ਹੈ ਜਿਸ ਕਰਕੇ ਤਰੀਕੇ ਨਾਲ ਜਿਹੜੇ ਸਰਕਾਰ ਨੇ ਸ਼੍ਰੀ ਹਜੂਰ ਸਾਹਿਬ ਦੇ ਸ਼ਰਧਾਲੂਆਂ ਦੀ ਬੇਕਦਰਹੀ ਕੀਤੇ ਇਸ ਤੋਂ ਪਤਾ ਚੱਲਦਾ ਹੈ ਕਿ ਜਦੋਂ ਤੋਂ ਸੂਬੇ ਦੇ ਅੰਦਰ ਕਾਰਫਿਊ ਲੱਗਿਆ ਹੈ ਇਹਦੇ ਸਮਾਜ ਦੇ ਹਰ ਵਰਗ ਦੇ ਨਾਲ ਇਸੇ ਤਰ੍ਹਾਂ ਬਦਸਲੂਕੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਸ਼ਰਧਾਲੂਆਂ ਨੂੰ ਵੱਖਰੀ ਜਗ੍ਹਾ ਤੇ ਕਵਾਰੈਂਟਾਈਨ ਕਰਨ ਤੋਂ ਬਾਅਦ ਇਹਨਾਂ ਦੇ ਟੈਸਟ ਲੈਣੇ ਜੇ ਜ਼ਰੂਰੀ ਸਨ ਜਾਂ ਨਾ ਕਿ ਇਹਨਾਂ ਨੂੰ ਘਰਾਂ ਵਿੱਚ ਭੇਜਣਾ ਚਾਹੀਦਾ ਸੀ ਇਹ ਪ੍ਰਬੰਧ ਪਹਿਲਾਂ ਤੋਂ ਹੀ ਜਿਹੜੇ ਕਿ ਕਰਨੇ ਲਾਜ਼ਮੀ ਚਾਹੀਦੇ ਸਨ ਉਹਨਾਂ ਨੇ ਸਰਕਾਰ ਤੇ ਸਿੱਧਾ ਨਿਸ਼ਾਨਾ ਸਾਧਿਆ ਹੈ ਉਸ ਤੋਂ ਬਾਅਦ ਖਬਰ ਆਈ ਜੇ ਕੇਂਦਰ ਸਰਕਾਰ ਦੇਸ਼ ਦੇ ਪਘੌੜਿਆਂ ਦਾ 68000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰ ਸਕਦੇ ਤਾਂ ਕਿਸਾਨਾਂ ਦਾ ਕਿਉਂ ਨਹੀਂ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਜੇਕਰ ਦੇਖਦੇ ਭਗੌੜੇ ਨੀਰਵ ਮੋਦੀ ਇਸ ਤੋਂ ਇਲਾਵਾ ਵਿਜੇ ਮਾਲਗਿਆ ਵਰਗੇ ਦਾ 68000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕਰ ਸਕਦੇ ਤਾਂ ਦੇਖਦੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਜਾ ਸਕਦਾ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ ਦੇ ਸੁਭਾਈ ਜਰਨਲ ਸਕਤਰ ਬਲਵੰਤ ਸਿੰਘ ਬ੍ਰਹਮਕੇ ਦੀ ਅਗਵਾਈ ਹੇਠ ਕੱਲ ਮੀਟਿੰਗ ਦੌਰਾਨ ਇੱਕ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਵੀ ਆਪੜਾਂ ਖੇਤੀਬਾੜੀ ਦੀਆਂ ਲੈਂਟਾਂ ਹੋਰ ਫਸਲੀ ਕਰਜ਼ੇ ਬੈਂਕਾਂ ਕੋਲ ਜਮਾ ਨਹੀਂ ਕਰਵਾਉਣਗੇ ਤੇ ਉਹਨਾਂ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਇਹ ਕਿਹਾ ਹੈ ਕਿ ਉਹ ਇਸੇ ਤਰ੍ਹਾਂ ਹੀ ਜਿਹੜਾ ਕਿ ਫਸਲੀ ਕਰਜ਼ਾ ਬੈਂਕਾਂ ਨੂੰ ਜਮਾ ਨਾ ਕਰਵਾਉਣ ਜੇਕਰ ਕੋਈ ਵੀ ਬੈਂਕ ਜਾਂ ਹੋਰ ਅਧਿਕਾਰੀ ਉਹਨਾਂ ਦੇ ਵਿਰੁੱਧ ਕਾਰਵਾਈ ਕਰਦਾ ਤਾਂ ਕਿਸਾਨ ਜਥੇਬੰਦੀ ਕਿਸਾਨਾਂ ਦੇ ਹੱਕ ਵਿੱਚ ਖੜੇਗੀ ਉਸ ਤੋਂ ਬਾਅਦ ਖਬਰ ਆਈ ਜੀ ਹਜ਼ੂਰ ਸਾਹਿਬ ਤੋਂ ਬਾਕਸ ਪਰ ਤੇ ਟਾਂਡਾ ਦੇ ਨੌ ਸ਼ਰਧਾਲੀਆਂ ਦੀ ਰਿਪੋਰਟ ਆਈ ਪੋਜ਼ਿਟਿਵ ਨਰੇਟ ਸਾਬ ਤੋਂ ਪਾਰਤੀਆਂ ਸੰਗਤਾਂ ਦੇ ਲਏ ਗੇ ਸੈਂਪਲਾਂ ਵਿੱਚੋਂ ਆਈਆਂ ਰਿਪੋਰਟਾਂ ਵਿੱਚ ਟਾਂਡਾ ਇਲਾਕੇ ਨਾਲ ਸੰਬੰਧਿਤ ਨੌ ਮਰੀਜ਼ਾਂ ਦੀ ਰਿਪੋਰਟ ਜਿਹੜੀ ਪੋਜ਼ਿਟਿਵ ਆਈ ਗਏ ਇਹਨਾਂ ਸਾਰਿਆਂ ਨੂੰ ਪ੍ਰਸ਼ਾਸਨ ਵੱਲੋਂ ਟਾਂਡਾ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਹੀ ਬਾਕੀ ਸ਼ਰਧਾਲੀਆਂ ਦੀ ਤਰ੍ਹਾਂ ਹੁ ਹੁਸ਼ਿਆਰਪੁਰ ਵਿੱਚ ਅਕਾਂਤਵਾਸ ਸੈਂਟਰ ਵਿੱਚ ਠਹਿਰਾ ਹੋਇਆ ਹੋਇਆ ਹੈ ਅਗਲੀ ਵੱਡੀ ਖਬਰ ਆ ਰਹੀ ਜੀ ਪੰਜਾਬ ਪੁਲਿਸ ਦੇ ASI ਨੇ ਪੇਸ਼ ਕੀਤੀ ਮਿਸਾਲ ਔਰਤ ਜੀ ਡਿਲੀਵਰੀ ਕਰਵਾ ਕੇ ਘਰ ਛੱਡਿਆ ਮਹਾਮਾਰੀ ਬੈਸਕਰਨ ਸ਼ਹਿਰ ਬੱਚੇ ਲੱਗੇ ਕਾਰਫੀ ਦੌਰਾਨ ਪੰਜਾਬ ਪੁਲਿਸ ਦੇ ਇੱਕ ASI ਨੇ ਮਿਸਾਲ ਪੇਸ਼ ਕੀਤੀ ਹੈ ਡਿਵੀਜ਼ਨ ਨੰਬਰ 2 ਵਜੇ ਤੈਨਾਤ ਐਸਆਈ ਕਮਲਜੀਤ ਸਿੰਘ ਵੱਲੋਂ ਇੱਕ ਘਰਪਤੀ ਔਰਤ ਨੂੰ ਪਹਿਲਾ ਮਦਰ ਐਂਡ ਚਾਈਲਡ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡਿਲੀਵਰੀ ਤੋਂ ਬਾਅਦ ਉਹਦੀ ਛੁੱਟੀ ਹੋਣ ਤੋਂ ਉਪਰੰਤ ਆਪਣੀ ਕਾਰ ਵਿੱਚ ਨਵ ਜੰਮੇ ਬੱਚੇ ਤੇ ਉਹਦੀ ਮਾਪੇ ਨੂੰ ਘਰ ਤੱਕ ਪਹੁੰਚਾਇਆ ਗਿਆ ਐਸਆਈ ਵੱਲੋਂ ਇਸ ਚੁੱਕੇ ਕੇ ਕਦਮ ਦੀ ਆਸਥਰਾ ਵੱਲੋਂ ਜਿਹੜੀ ਕਿ ਸਲੋਧਾ ਕੀਤੀ ਗਈ ਜਾਣਕਾਰੀ ਦਿੰਦਿਆ ਹੋਇਆ ਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਉਸਦੇ ਕੋਲ ਕਿਸੇ ਕੇਸ ਦੇ ਚੱਲਦੇ ਹੋਏ ਪੁਲਿਸ ਸਟੇਸ਼ਨ ਪਹੁੰਚਿਆ ਤੇ ਉਸ ਤੋਂ ਬਾਅਦ ਪਰਿਵਾਰ ਸਬੰਧੀ ਆਪਣੇ ਦੱਸਣ ਲੱਗੇ ਤੇ ਮਹਾਮਾਰੀ ਕਾਰਨ ਉਸ ਕੋਲ ਕੋਈ ਵੀ ਕੰਮ ਨਹੀਂ ਹੈ ਜਿਸ ਕਾਰਨ ਆਪਣੀ ਗਰਭਪਤੀ ਪਤਨੀ ਦਾ ਇਲਾਜ ਨਹੀਂ ਕਰਵਾ ਰਿਹਾ ਤੇ ਜਿਸ ਦੇ ਕਰਕੇ ਪੁਲਿਸ ਨੇ ਆਪਣੇ ਪੱਧਰ ਤੇ ਪਤਨੀ ਨੂੰ ਉਸ ਦੀ ਨੂੰ ਦਾਖਲ ਕਰਵਾਇਆ ਹਸਪਤਾਲ ਉਸ ਤੋਂ ਬਾਅਦ ਬੱਚੇ ਦੇ ਜਨਮ ਤੋਂ ਬਾਅਦ ਪ੍ਰੰਤ ਛੁੱਟੀ ਤੋਂ ਬਾਅਦ ਉਹਨਾਂ ਨੂੰ ਘਰ ਵਿੱਚ ਛੱਡਿਆ ਗਿਆ ਤੇ ਨਾਲ ਦੀ ਨਾਲ ਰਾਸ਼ਨ ਵੀ ਜਿਹੜਾ ਕਿ ਮੁਹੱਈਆ ਕਰਵਾਇਆ ਗਿਆ ਇਹ ਸੀ ਜਾਣਕਾਰੀ ਅੱਜ ਦੀਆਂ ਪੰਜਾਬ ਦੀਆਂ ਖਬਰਾਂ ਦੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਨਾ ਧੰਨਵਾਦ